ਜਿਹੜੀ ਆਪਣੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਸੀਗੀ ਉਹ ਬੇ ਸਿੱਟਾ ਰਹੀ ਆ ਔਰ ਇੱਕ ਤਰ੍ਹਾਂ ਸਰਕਾਰ ਵੱਲੋਂ ਜਿਹੜੀ ਗੱਲਬਾਤ ਆ ਰੋਕ ਦਿੱਤੀ ਗਈ ਆ ਕਿਸ ਗੱਲ ਤੇ ਗੱਲ ਰੁਕੀ ਆ ਕਿ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਜਿਹੜੇ ਖੇਤੀ ਕਾਨੂੰਨ ਆ ਇਹਨਾਂ ਨੂੰ ਸਸਪੈਂਡ ਕਰ ਦਿੰਨੇ ਆ 1.5 ਸਾਲ ਵਾਸਤੇ ਔਰ ਸੁਪਰੀਮ ਕੋਰਟ ਦੇ ਵਿੱਚ ਐਫੀਡੈਵਿਟ ਦੇ ਦਿੰਨੇ ਆ ਔਰ ਇੱਕ ਕਮੇਟੀ ਬਣਾ ਦਿੰਨੇ ਆ ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਫਸਲਾਂ ਨੂੰ ਖਰੀਦਣ ਵਾਸਤੇ ਆਪਾਂ ਐਮਐਸਪੀ ਨੂੰ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਵੀ ਜਿਹੜੀ ਕਮੇਟੀ ਬਣਾ ਦਿੰਨੇ ਆ ਤੇ ਜੇ ਤੁਹਾਨੂੰ ਇਹ ਮਨਜ਼ੂਰ ਆ ਤਾਂ ਤੁਸੀਂ ਕੱਲ ਦੁਪਹਿਰ ਤੱਕ ਦੱਸ ਦਿਓ ਇਕੱਠੇ ਹੋ ਕੇ ਕਿਤੇ ਵੀ ਇਹ ਲਿਖਤ ਕਰ ਲਾਂਗੇ ਇਸ ਤੋਂ ਵੱਧ ਸਰਕਾਰ ਤੁਹਾਨੂੰ ਕੁਝ ਨਹੀਂ ਦੇ ਸਕਦੀ ਇਹ ਕੱਲ ਖੇਤੀਬਾੜੀ ਮੰਤਰੀ ਨੇ ਬਿਲਕੁਲ ਸਾਫ਼ ਸਾਨੂੰ ਮੀਟਿੰਗ ਦੇ ਅਖੀਰ ਤੇ ਜਿਹੜਾ ਉਹ ਕਿਹਾ ਹੁਣ ਜਿਹੜਾ ਇਹ ਕਾਨੂੰਨਾਂ ਨੂੰ ਸਸਪੈਂਡ ਕਰਨ ਵਾਲਾ ਮਾਮਲਾ ਆਪਾਂ ਇਸ ਗੱਲ ਤੇ ਖੜੇ ਆ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਵਾਉਣੇ ਆ ਇਹ ਸਰਕਾਰ ਦੀ ਬਿਲਕੁਲ ਉਸੇ ਤਰ੍ਹਾਂ ਦੀ ਪ੍ਰਪੋਜ਼ਲ ਆ ਕਿ ਕਿਸੇ ਬੰਦੇ ਨੂੰ ਫਾਂਸੀ ਲੱਗਣ ਵਾਲੀ ਹੋਵੇ ਤੇ ਸਰਕਾਰ ਉਹਨੂੰ ਪੁੱਛੇ ਕਿ ਤੇਰੀ ਅੰਤਮ ਇੱਛਾ ਕੀ ਆ ਤੇ ਉਹ ਅੰਤਮ ਇੱਛਾ ਉਹ ਦੱਸੇ ਕਿ ਮੈਨੂੰ ਹੋਰ ਜੀ ਲੈਣ ਦਿਓ ਜਾਂ ਮੈਨੂੰ ਮਾਰੋ ਨਾ ਤੇ ਸਰਕਾਰ ਕਹਵੇ ਵੀ ਚੱਲ ਤੇਰੀ ਫਾਂਸੀ 10 ਮਿੰਟ ਹੋਰ ਲੇਟ ਕਰ ਦਿੰਨੇ ਆ ਜਾਣ ਤਾਂ ਉਹਦੀ ਜਾਣੀ ਜਾਣੀ ਆ 10 ਮਿੰਟ ਲੇਟ ਜਾਵੇ ਜਾਂ 12 ਮਿੰਟ ਲੇਟ ਜਾਵੇ ਬਿਲਕੁਲ ਉਸੇ ਤਰ੍ਹਾਂ ਦੀ ਸਰਕਾਰ ਦੀ ਪ੍ਰਪੋਜ਼ਲ ਆ ਸਸਪੈਂਸ਼ਨ ਵੀ ਕਾਨੂੰਨਾਂ ਨੂੰ ਕਿ ਡੇਢ ਸਾਲ ਵਾਸਤੇ ਕਾਨੂੰਨ ਰੋਕ ਦਿੰਨੇ ਆ ਕਿ ਡੇਢ ਸਾਲ ਤੱਕ ਹੋਰ ਜ਼ੀਰੋ ਡੇਢ ਸਾਲ ਬਾਅਦ ਅਮਬਾਨੀ ਅੰਡਾਨੀਆਂ ਤੁਹਾਡੀਆਂ ਜ਼ਮੀਨਾਂ 'ਚ ਆ ਜਾਣਗੇ। ਔਰ ਅਸੀਂ ਕੋਈ 400 ਉਧਾਰੇ ਨਹੀਂ ਮੰਗਣ ਆਏਗੇ। ਅਸੀਂ ਜਿਹੜਾ ਫਾਂਸੀ ਦਾ ਰੱਸਾ ਤੁਸੀਂ ਸਾਡੇ ਗਲ 'ਚ ਪਾਉਣ ਆਏ ਆ। ਅਸੀਂ ਉਹ ਰਸਾ ਵੱਢ ਕੇ ਸਿੱਟਣ ਆਏ ਆ ਤੇ ਵੱਢ ਕੇ ਸਿੱਟ ਕੇ ਜਾਵਾਂਗੇ ਇਹ ਖੇਤੀ ਜਿਹੜੇ ਤਿੰਨੋਂ ਕਾਨੂੰਨ ਆ ਸਾਡੀ ਹੋਂਦ ਤੇ ਹਮਲਾ ਸਾਡੀ ਹੋਂਦ ਸਾਡੀ ਜ਼ਮੀਨ ਨਾਲ ਜੁੜੀ ਹੋਈ ਆ ਤੇ ਜੇ ਕੋਈ ਸਾਡੀ ਹੋਂਦ ਖਤਮ ਕਰਨੀ ਚਾਹੇ ਤੇ ਇਹ ਕਦੇ ਵੀ ਤੁਸੀਂ ਇਹ ਮੰਨ ਲਓ ਜੇ 10% ਹੋਣ ਛੱਡ ਦਿੰਨੇ ਆ ਜਾਂ 20 ਛੱਡ ਦਿੰਨੇ ਆ 80 ਖਤਮ ਕਰ ਦਿੰਨੇ ਆ ਤਾਂ ਇਸ ਤੋਂ ਘਟੀਆ ਗੱਲ ਕੋਈ ਹੋ ਨਹੀਂ ਸਕਦੀ ਅਗਲੀ ਗੱਲ ਸਰਕਾਰ ਦੇ ਜਿਹੜੇ ਕਮੇਟੀਆਂ ਤੇ ਕਮਿਸ਼ਨ ਬਣਾਉਣ ਦੀ ਗੱਲ ਆ ਅਸੀਂ ਐਸੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਸ਼ਾਇਦ ਇਹਨੂੰ ਚੇਤਾ ਭੁੱਲ ਗਿਆ ਹੋਵੇ ਕਿ ਜੇ ਕਿਸੇ ਕਮੇਟੀ ਦਾ ਨਾਮ ਕਿਸਾਨਾਂ ਨੂੰ ਯਾਦ ਆ ਹਜ਼ਾਰਾਂ ਕਮੇਟੀਆਂ ਬਣੀਆਂ ਪਰ ਇੱਕੋ ਕਮੇਟੀ ਦਾ ਨਾਮ ਕੋਈ ਹਿੰਦੁਸਤਾਨ ਦਾ ਇਹੋ ਜਿਹਾ ਕਿਸਾਨ ਨਹੀਂ ਜਿੰਨੂੰ ਯਾਦ ਨਾ ਹੋਵੇ ਉਹ ਆ ਸੁਆਮੀਨਾਥਨ ਕਮਿਸ਼ਨ ਇਹਦਾ ਨਾਮ ਸਾਰਿਆਂ ਨੇ ਸੁਣਿਆ ਉਹ ਸੁਆਮੀਨਾਥਨ ਕਮਿਸ਼ਨ ਬਣਾਇਆ ਕਿੰਨੇ ਸੀ ਉਹ ਕੇਂਦਰ ਸਰਕਾਰ ਨੇ ਬਣਾਇਆ ਸੀ ਤੇ ਉਹਦੀ ਜਿਹੜੀ ਰਿਪੋਰਟ ਆ ਜਿੰਦੇ ਚ ਜਿੰਦੇ ਤਹਿਤ ਅਸੀਂ ਆਪਣੀਆਂ ਫਸਲਾਂ ਦੇ ਰੇਟ ਮੰਗਦੇ ਆ ਕਿ ਉਹ ਕਮੇਟੀ ਦੀ ਸਪਾਰਸ਼ ਲਾਗੂ ਕਰੋ ਸੁਆਮੀਨਾਥਨ ਕਮਿਸ਼ਨ ਦੀ ਤਾਂ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਸੱਤਾ ਚ ਆਇਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕਰਾਂਗੇ ਲੋਕਾਂ ਨੇ ਵੋਟਾਂ ਪਾਈਆਂ ਪ੍ਰਧਾਨ ਮੰਤਰੀ ਬਣ ਗਏ ਸੁਪਰੀਮ ਕੋਰਟ ਦੇ ਵਿੱਚ ਕੋਈ ਬੰਦਾ ਇਹ ਮਾਮਲਾ ਲੈ ਕੇ ਗਿਆ ਕਿ ਸਰਕਾਰ ਨੇ ਵਾਅਦਾ ਕੀਤਾ ਸੀਗਾ ਤੇ ਉਹ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਰਹੇ ਗਏ ਆ ਉਹਦੇ ਜਵਾਬ ਚ ਐਸੇ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਚ ਕਿਹਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ ਜਿਸ ਨਾਂ ਤੇ ਵੋਟਾਂ ਲਈਆਂ ਵੀ ਲਾਗੂ ਕਰਾਂਗੇ ਬਾਅਦ ਚ ਮੁੱਕਰ ਗਏ ਤੇ ਫਿਰ ਅਸੀਂ ਕਿੱਦਾਂ ਮੰਨ ਲਈਏ ਕਿ ਜਿਹੜੀ ਕਮੇਟੀ ਹੋਣ ਬਣਾਓਗੇ ਜੇ ਸਾਡੇ ਐਡਾ ਲੱਖਾਂ ਦਾ ਇਕੱਠ ਤੇ ਤੁਸੀਂ ਸਾਡੀ ਅੱਜ ਨਹੀਂ ਗੱਲ ਮੰਨਣ ਨੂੰ ਤਿਆਰ ਤੇ ਤੁਹਾਡੇ ਲਾਰਿਆਂ ਚ ਆ ਕੇ ਜੇ ਇਥੋਂ ਕਿਸਾਨ ਉੱਠ ਗਏ ਵੀ ਡੇਢ ਦੋ ਸਾਲ ਦੀ ਗੱਲ ਮੰਨ ਲਓ ਤਾਂ ਡੇਢ ਦੋ ਸਾਲ ਬਾਅਦ ਉਸ ਕਮੇਟੀ ਦਾ ਕੋਈ ਵजूद ਨੂ ਉਹਦੀ ਤੁਸੀਂ ਕੀ ਗੱਲ ਮੰਨੋਗੇ ਇਸ ਕਰਕੇ ਕੋਈ ਕਮੇਟੀ ਨਹੀਂ ਕੋਈ सस्पेंशन ਨਹੀਂ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇਗੇ ਇਹਦੇ ਉਤੋਂ ਇੱਕ ਵੀ ਇੰਚ ਪਿੱਛੇ ਹਟਣ ਦਾ ਮਾਮਲਾ ਹੀ ਨਹੀਂ ਪੈਦਾ ਹੁੰਦਾਗਾ ਇਸ ਮੁਲਕ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਪੰਜਾਬ ਦੀਆਂ ਨੇ ਭਾਵੇਂ ਉਹ ਦੇਸ਼ ਭਰ ਦੀਆਂ ਨੇ ਉਹ ਇਸ ਗੱਲ ਤੇ ਇੱਕ ਮਤ ਨੇ ਇੱਕ ਸੁਰ ਨੇ ਔਰ ਉਹਨਾਂ ਨੂੰ ਸਿਰਫ ਆਪਣਾ ਨਿਸ਼ਾਨਾ ਦਿਖ ਰਿਹਾ ਨਿਸ਼ਾਨਾ ਕੀਆ ਕਿ ਤਿੰਨੋਂ ਕਾਨੂੰਨ ਚੱਕਣਾ ਚੂਰ ਇਸ ਤੋਂ ਘੱਟ ਨਹੀਂ ਮਨਜ਼ੂਰ ਇਹ ਗੱਲ ਅੱਜ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜੜੀ ਆ ਗੂੰਜ ਚੁੱਕੀ ਆ ਉਸ ਤੋਂ ਅਗਲੀ ਗੱਲ ਕਿ ਜਿਹੜੀ ਇਹ ਕੁਝ ਦਲੀਲ ਦਿੱਤੀ ਜਾਂਦੀ ਆ ਕੁਝ ਇਧਰੋਂ ਉਧਰੋਂ ਬੰਦਿਆਂ ਦੁਆਰਾ ਕਿ ਅੜੀ ਨਹੀਂ ਕਰਨੀ ਚਾਹੀਦੀ ਅੜੀ ਕੌਣ ਕਰ ਰਿਹਾ ਜਦੋਂ 4 ਜੂਨ ਨੂੰ ਇਹ ਆਰਡੀਨੈਂਸ ਆਇਆ ਉਸ ਤੋਂ ਬਾਅਦ ਇਹ ਕਾਨੂੰਨ ਬਣ ਗਏ ਉਦੋਂ ਤੋਂ ਲੈ ਕੇ ਸਾਡੀ ਇੱਕੋ ਮੰਗ ਰਹੀ ਆ ਪਹਿਲਾਂ ਵੀ ਆਰਡੀਨੈਂਸ ਰੱਦ ਕਰੋ ਜਦੋਂ ਕਾਨੂੰਨ ਬਣ ਗਿਆ ਕਾਨੂੰਨ ਰੱਦ ਕਰੋ ਅਸੀਂ ਅੜੀ ਨਹੀਂ ਕਰ ਰਹੇਗੇ ਅਸੀਂ ਇਹ ਕਹਿ ਰਹਿਆਂ ਵਾਰ-ਵਾਰ ਤੁਹਾਨੂੰ ਕਿ ਤੁਸੀਂ ਚਲੋ ਗਲਤੀ ਕਰ ਬੈਠੇ ਕਾਨੂੰਨ ਬਣਾ ਕੇ ਇਹ ਕਾਨੂੰਨ ਹੁਣ ਰੱਦ ਕਰ ਦਿਓ ਅੜੀ ਉਹ ਸਰਕਾਰ ਕਰ ਰਹੀ ਆ ਅੜੀ ਉਹ ਸਰਕਾਰ ਕਰ ਰਹੀ ਆ ਜਿੰਦੇ ਤੇ 130 ਇੱਥੇ ਸ਼ਹਾਦਤਾਂ ਦਾ ਕੋਈ ਅਸਰ ਨਹੀਂਗਾ ਔਰ ਕੱਲ ਜਿਹੜਾ ਕੋਈ ਬੰਦਾ ਫੜਿਆ ਗਿਆ ਇੱਕ ਜਿਹੜਾ دہشت ਦੀ ਮਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੁਛ ਆਗੂਆਂ ਨੂੰ 26 ਨੂੰ ਟਾਰਗੇਟ ਕਰਨਾ ਅਸੀਂ ਉਹ ਭਾਵੇਂ ਕੋਈ ਫਿਰਕੂ ਅੰਸਰਾ ਭਾਵੇਂ ਇਥੋਂ ਦੀਆਂ ਏਜੰਸੀਆਂ ਨੇ ਭਾਵੇਂ ਉਹ ਸਰਕਾਰ ਆ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਜੇ 130 ਸ਼ਹਾਦਤਾਂ ਹੋਗੀਆਂ ਜੇ 134 ਵੀ ਹੋ ਜਾਣਗੀਆਂ ਤੇ ਕੋਈ ਫਰਕ ਨਹੀਂ ਪੈਣ ਲੱਗਾਗਾ ਪਿੱਛੇ ਨਹੀਂ ਹਟਦੇਗੇ ਤੁਸੀਂ ਸਾਡੇ ਵਿਰਸੇ ਤੇ ਵਿਰਾਸ ਤੋਂ ਜਾਣੂ ਨਹੀਂਗੇ ਜੇ ਨਹੀਂ ਜਾਣੂ ਤੇ ਜਾਣੂ ਕਰਵਾ ਕੇ ਜਾਵਾਂਗੇ ਬੰਦ-ਬੰਦ ਕਟਵਾਉਣ ਦਾ ਖੋਪੜੀਆਂ ਲਾਉਣ ਦਾ ਚੜਖੜੀਆਂ ਤੇ ਚੜਨ ਦਾ ਵਿਰਸਾ ਸਾਡਾ ਵਿਰਸਾ ਔਰ ਉਹੋ ਪੁਰਖਿਆਂ ਦਾ ਲਹੂ ਸਾਡੀਆਂ ਰਗਾਂ ਚ ਦੌੜਦਾ ਤੇ ਜਿਉ ਰਗਾਂ ਚ ਦੌੜਦਾ ਲਹੂ ਸੜਕਾਂ ਤੇ ਵੀ ਦੌੜ ਜਾਊਗਾ ਤੇ ਕੋਈ ਫਰਕ ਨਹੀਂ ਪੈਂਦਾਗਾ ਇਹ ਸਾਡੀ ਹੋਣ ਦੀ ਲੜਾਈ ਆ ਤੁਹਾਡੀ ਇਹ ਦੇਸ਼ ਤਪਾਉਣ ਦੇ ਨਾਲ ਤੁਹਾਡਾ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ 26 ਦੀ ਪ੍ਰੇਡ ਤੋਂ ਪਿੱਛੇ ਹਟ ਜਾਣਗੇ ਅਸੀਂ ਬੇਨਤੀ ਕਰਦੇ ਆ ਕਿ ਆਪਾਂ ਕਹਿੰਦੇ ਰਹੇ ਆ ਨਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਸੀ ਦੂਨ ਸਵਾਏ ਹੋਏ ਇਸ ਕਰਕੇ ਜਿਹੜੇ ਪਰਿਵਾਰ ਚੋਂ ਇੱਕ ਆਉਣਾ ਸੀ ਦੋ ਆਉਣੇ ਸੀ ਜਿੱਥੋਂ ਇੱਕ ਆਉਣਾ ਸੀ ਦੋ ਆਓ ਜਿੱਥੋਂ ਦੋ ਆਉਣੇ ਸੀ ਚਾਰ ਆਓ ਦੱਸ ਦੋ ਕਿ ਤੁਹਾਡੀ 21 ਨੂੰ ਕੱਤੀ ਕਰਕੇ ਮੋੜਾਂਗੇ ਤੁਹਾਡੀ ਕਿਸੇ ਦੈਸ਼ਤ ਨੂੰ ਅਸੀਂ ਨਹੀਂ ਮੰਨ ਦੇਗੇ ਇਸ ਕਰਕੇ ਜਿਹੜੀ ਇੱਥੋਂ ਦੀ ਪੁਲਿਸ ਆ ਪ੍ਰਸ਼ਾਸਨ ਉਹਨਾਂ ਨੇ ਕੱਲ ਵੀ ਸਾਡਾ ਮੀਟਿੰਗ ਕੀਤੀ ਅੱਜ ਵੀ 1 ਵਜੇ ਕਰਨੀ ਆ ਰਸਤੇ ਬਾਰੇ ਅਸੀਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਆ ਕਿ ਜਿਹੜੀ ਕਿਸਾਨ ਪ੍ਰੇਡ ਆ ਉਹ ਦਿੱਲੀ ਦੇ ਵਿੱਚ ਹੀ ਹੋਣੀ ਆ ਤੇ ਦਿੱਲੀ ਦੇ ਵਿੱਚ ਹੋ ਕੇ ਰਹਿਣੀ ਆ ਇਸ ਕਰਕੇ ਇਹ ਤੈਅ ਤੁਸੀਂ ਕਰਨਾ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਲੜ ਰਹੇ ਆ ਜਿਹੜੀ ਹਿੰਸਾ ਦੀ ਗੱਲ ਆ ਹਿੰਸਾ ਦੀ ਆਪਸ਼ਨ ਉਹਨਾਂ ਲੋਕਾਂ ਕੋਲੇ ਹੁੰਦੀ ਆ ਜਿਨ੍ਹਾਂ ਦੇ ਕੋਲੇ ਤਾਕਤ ਹੋਵੇ ਜਿਨ੍ਹਾਂ ਦੇ ਕੋਲੇ ਹਥਿਆਰਬੰਦ ਲੋਕ ਹੋਣ ਫੌਜਾਂ ਹੋਣ ਪੁਲਿਸ ਹੋਵੇ ਕੋਈ ਬੰਦਾ ਨਿਥਾ ਤੁਰਿਆ ਜਾਂਦਾ ਤਾਂ ਉਹਨੂੰ 20 ਬੰਦੇ ਡਾਂਗਾ ਵਾਲੇ ਮਿਲ ਜਾਣ ਤਾਂ ਕੌਣ ਲੜਨਾ ਚਾਹੂਗਾ ਨਿਥਾ ਬੰਦਾ ਨਹੀਂ ਲੜਨਾ ਚਾਹੂਗਾ ਇਸ ਕਰਕੇ ਅਸੀਂ ਆਪਣੇ ਡੰਡਿਆਂ ਤੇ ਝੰਡਿਆਂ ਦੇ ਨਾਲ ਆਪਣੇ ਦ੍ਰਿੜ ਇਰਾਦੇ ਦੇ ਨਾਲ ਤੇ ਆਪਣੀ ਵਿਰਾਸਤ ਨੂੰ ਵਿਰਸੇ ਨੂੰ ਨਾਂ ਲੈ ਕੇ ਲੜ ਰਹੇ ਆ ਅਸੀਂ ਬਿਲਕੁਲ ਸ਼ਾਂਤਮਈਆ ਜੋ ਕੁਝ ਹੋਊਗਾ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਪੁਲਿਸ ਹੋਊਗੀ ਸਾਡਾ ਕਿਸਾਨ ਪ੍ਰੇਡ ਦਿੱਲੀ ਦੇ ਵਿੱਚ ਹੋ ਕੇ ਰਹਿਣੀ ਆ ਜੇ ਤੁਸੀਂ ਸ਼ਾਂਤੀ ਚਾਹੁੰਦੇ ਆ ਆ ਬੈਰੀ ਗੁੱਡ ਆਪੇ ਪਾਸੇ ਕਰ ਦਿਓ ਇਹਦੇ ਚ ਭਲਾਈ ਆ ਤੁਹਾਡੀ ਨਹੀਂ ਤਾਂ ਲਹਿਰਾ ਅੱਗੇ ਹਵਾਵਾਂ ਅੱਗੇ ਕੋਈ ਚੀਜ਼ ਨਹੀਂ ਖੜਦੀਗੀ ਇਹ ਤੁਹਾਨੂੰ ਸੁਣ ਲੈਣਾ ਚਾਹੀਦਾ ਤੇ ਸਮਝ ਲੈਣਾ ਚਾਹੀਦਾ ਆਖਰੀ ਗੱਲ ਆਖਰੀ ਬੇਨਤੀ ਤੇ ਚੇਤਾਵਨੀ ਆ ਕੇਂਦਰ ਸਰਕਾਰ ਨੂੰ ਕਿ ਜੇ ਸਾਡੇ ਅੰਦੋਲਨ ਚ ਕੋਈ ਗੜਬੜ ਹੁੰਦੀ ਆ ਕੋਈ ਸ਼ਰਾਰਤ ਹੁੰਦੀ ਆ ਤਾਂ ਉਹਦੇ ਤਿੰਨ ਬੰਦੇ ਜ਼ਿੰਮੇਵਾਰ ਹੋਣਗੇ ਪਹਿਲੇ ਨੰਬਰ ਤੇ ਅਮਿਤ ਸ਼ਾਹ ਜਿਹੜਾ ਗੁਜਰਾਤ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਕਤਲੇਆਮ ਚ ਜਿੰਦਾ ਨਾਂ ਬੋਲਦਾ ਰਿਹਾ ਤੇ ਸੁਪਰੀਮ ਕੋਰਟ ਨੇ ਗੁਜਰਾਤ ਦੀ ਐਂਟਰੀ ਬੈਨ ਕਰ ਰੱਖੀ ਕਿ ਗੁਜਰਾਤ ਦੇ ਵਿੱਚ ਤੂੰ ਨਹੀਂ ਵੜੇਂਗਾ ਇੱਕ ਤੜੀ ਪਾਰ ਬੰਦਾ ਤੇ ਦੂਜਾ ਉਹ 56 ਇੰਚ ਸੀਨੇ ਸੀਨੇ ਦੀ ਗੱਲ ਕਰਨ ਵਾਲਾ ਉਹਦਾ 56 ਇੰਚ ਸੀਨਾ ਵੀ ਲੋਕਾਂ ਦਾ ਲਹੂ ਪੀ ਕੇ ਬਣਿਆ ਔਰ ਤੀਜੀ ਉਹ ਇਹਨਾਂ ਦੀ ਨਿੱਕਰ ਯੂਨੀਅਨ ਆਰਐਸਐਸ ਇਹ ਤਿੰਨ ਬੰਦੇ ਜ਼ਿੰਮੇਵਾਰ ਹੋਣਗੇ ਜੇ ਸਾਡੇ ਅੰਦੋਲਨ ਚ ਕੋ ਖੱਲ ਪੈਂਦਾ ਸਾਡਾ ਅੰਦੋਲਨ ਪੋਰਾਮਣ ਔਰ ਪੋਨਮਣ ਰਹੂਗਾ ਜਿੱਤ ਕੇ ਜਾਵਾਂਗੇ ਇੱਕ ਕਦਮ ਨਹੀਂ ਪਿੱਛੇ ਹਟਦੇ ਸਾਡੇ ਪੋਰਾਮਣ ਨੂੰ ਕਮਜ਼ੋਰੀ ਨਾ ਸਮਝਿਓ ਜੇ ਤੁਸੀਂ ਇਹਨੂੰ ਕਮਜ਼ੋਰੀ ਸਮਝਦੇ ਹੋ ਤਾਂ ਸਾਡੇ ਵਿਰਾਸਤ ਤੇ ਸਾਡੇ ਵਿਰਸੇ ਨੂੰ ਪੜ ਲਓ ਅਸੀਂ ਹਰ ਤਰੀਕੇ ਨਾਲ ਨਿਜਿੱਠਣਾ ਜਾਣਦੇ ਹਾਂ ਇਨੀਆਂ ਬੇਨਤੀਆਂ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ